ਸਰ ਤੁਹਾਡੇ ਵੱਲੋਂ ਜਿਹੜੇ ਕਿ ਸਬ ਡਿਵੀਜ਼ਨ ਦਾ ਚਾਰਜ ਸੰਭਾਲਿਆ ਗਿਆ, ਆਉਣ ਵਾਲੇ ਟਾਈਮ 'ਚ ਪੁਲਿਸ ਵੱਲੋਂ ਕੀ ਏਜੰਡੇ ਰਹੂੰਗੇ ਸ਼ਹਿਰ ਦੇ, ਚਲੋ ਕਿ ਕ੍ਰਾਈਮ ਨੂੰ ਲੈ ਕੇ, ਚਾਹੇ ਚੋਰੀ ਲੁੱਟ ਖੋਹ ਹੋਏ, ਚਾਹੇ ਨਸ਼ੇ ਨੂੰ ਲੈ ਕੇ, ਕੀ ਏਜੰਡੇ ਰਹੂੰਗੇ ਤੁਹਾਡੇ ਵੱਲੋਂ? ਸਾਡਾ ਬਿਲਕੁਲ ਸਿੰਪਲ ਫਿਲੋਸਫੀ ਹੈ, ਸਾਡੇ ਮਾਨਯੋਗ ਡੀ ਏ ਜੀ ਸਾਹਿਬ, ਨਵੀਨ ਸਿੰਗਲਾ ਸਰ, ਐਸ ਐਸ ਪੀ ਮੈਡਮ, ਐਸ ਪੀ ਹੈੱਡਕੁਆਰਟਰ, ਐਸ ਪੀ ਪੀ ਬੀ ਆਈ, ਐਸ ਪੀ ਡੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਕ੍ਰਾਈਮ ਨੂੰ ਲੈ ਕੇ ਜ਼ੀਰੋ ਟੋਲਰੈਂਸ ਪੋਲਿਸੀ ਰੱਖਾਂਗੇ, ਚਾਹੇ ਉਹ ਨਸ਼ਾ ਵੇਚਣ ਵਾਲੇ ਨੂੰ ਇਲੀਗਲ ਦੜੇ ਸੱਟੇ ਦਾ ਕਾਰੋਬਾਰ ਹੋਵੇ ਜਾਂ ਇਲੀਗਲ ਸ਼ਰਾਬ ਦਾ ਕਾਰੋਬਾਰ ਹੋਵੇ ਜਾਂ ਹੋਰ ਕੋਈ ਵੀ ਪੈਟੀ ਕ੍ਰਾਈਮ ਹੋਵੇ, ਅਸੀਂ ਉਹਦੇ ਲਈ ਜ਼ੀਰੋ ਟੋਲਰੈਂਸ ਪੋਲਿਸੀ ਰੱਖਾਂਗੇ। ਇਹਦੇ ਸਾਨੂੰ ਤੁਹਾਡੇ ਪੂਰੇ ਸਹਿਯੋਗ ਦੀ ਜ਼ਰੂਰਤ ਹੈ। ਦੂਸਰੇ ਨੰਬਰ 'ਤੇ ਆਪਾਂ ਨੂੰ ਪਤਾ ਹੈ ਕਿ ਫੈਸਟੀਵਲ ਸੀਜ਼ਨ ਆ ਰਿਹਾ ਅਤੇ ਪੰਚਾਇਤੀ ਇਲੈਕਸ਼ਨ ਆ ਰਹੇ ਹੈ, ਅਤੇ ਸ਼ਹਿਰ ਦੀ ਲੋਅ ਐਂਡ ਆਰਡਰ ਸਿਚੁਏਸ਼ਨ ਨੂੰ ਲੈ ਕੇ ਅਤੇ ਪਿੰਡਾਂ ਦੀ ਲੋਅ ਐਂਡ ਆਰਡਰ ਸਿਚੁਏਸ਼ਨ ਨੂੰ ਲੈ ਕੇ ਅਸੀਂ ਰੈਗੂਲਰ ਬੇਸਿਸ 'ਤੇ ਕਾਸਾ ਓਪਰੇਸ਼ਨ ਕਰ ਰਹੇ ਹਾਂ ਅਤੇ ਫਲੈਗ ਮਾਰਚਸ ਕਰ ਰਹੇ ਹਾਂ। ਸਰ ਜੇ ਗੱਲ ਕਰੀਏ ਆਪਣੇ, ਕਹਿ ਲਓ ਕਿ ਜਿਹੜੇ ਕਿ ਪੰਚਾਇਤੀ ਇਲੈਕਸ਼ਨ ਆ ਰਹੇ, ਉਸ ਸੰਬੰਧੀ ਪੁਲਿਸ ਪ੍ਰਬੰਧ ਕਿੱਦਾਂ ਦੇ ਰਹੋਗੇ? ਸਾਡੀ ਪੂਰੀ ਸਟ੍ਰਿਕਟ ਵਿਜਿਲ ਰਹੂਗੀ, ਲੋਕਾਂ ਦਾ ਪੂਰਾ ਸਹਿਯੋਗ ਕਰਾਂਗੇ ਅਤੇ ਲੋਕਾਂ ਤੋਂ ਸਹਿਯੋਗ ਦੀ ਉਮੀਦ ਕਰਾਂਗੇ। ਅਸੀਂ ਫਲੈਗ ਮਾਰਚ ਸਟਾਰਟ ਕਰਤੇ ਹੈ, ਕੱਲ੍ਹ ਕਾਲਾ ਸੰਘਾ ਏਰੀਆ 4 CF ਏਰੀਆ 'ਚ ਕੀਤਾ ਸੀਗਾ, ਅੱਜ ਅਸੀਂ ਕੋਟਵਾਲੀ ਏਰੀਆ 'ਚ ਫਲੈਗ ਮਾਰਚ ਕਰਾਂਗੇ, ਅਤੇ ਜਿੰਨੇ ਵੀ ਕੋਈ ਵੀ ਸਾਨੂੰ ਕੋਈ ਨਟੋਰੀਅਸ ਬੰਦੇ ਦੀ ਖਬਰ ਮਿਲਦੀ ਹੈ ਜਾਂ ਕੋਈ ਵੀ ਕ੍ਰਾਈਮ ਦੀ ਖਬਰ ਮਿਲਦੀ ਹੈ, ਅਸੀਂ ਐਟ ਦਾ ਸਪੋਟ ਉੱਤੇ ਕਾਰਵਾਈ ਕਰਦੇ ਹਾਂ, ਅਤੇ ਐਟ ਦਾ ਸੇਮ ਟਾਈਮ ਅਸੀਂ ਪ੍ਰੀਵੈਂਟਿਵ ਐਕਸ਼ਨ ਵੀ ਕਰਦੇ ਹਾਂ, ਜਿਹੜੇ ਸਾਨੂੰ ਪਤਾ ਕਿ ਸ਼ਰਾਬੀ ਅੰਸਰ ਨੇ ਕੱਲ੍ਹ ਨੂੰ ਪ੍ਰੋਬਲਮ ਖੜੀ ਕਰ ਸਕਦੇ ਹੈ। ਇਹਦੇ ਸਾਨੂੰ ਕਰੀਏ ਥਾਣੇ ਦੇ ਹਾਲਾਤਾਂ ਨੂੰ, ਜ਼ਿਆਦਾਤਰ ਇਹੀ ਸੁਣਨਾ ਚਾਹੁੰਦਾ ਵਾ ਕਿ ਥਾਣੇ 'ਚ ਮੁਲਾਜ਼ਮਾਂ ਦੀ ਕਮੀ ਕਰਕੇ ਕਈ ਮਤਲਬ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ, ਉਸ ਸੰਬੰਧੀ ਸਮੱਸਿਆ ਨੂੰ ਨਜਿੱਠਣ ਲਈ ਕੀ ਪ੍ਰਬੰਧ ਕੀਤੇ ਜਾਊਂਗੇ? ਥਾਣਿਆਂ ਦੀ ਨਫਰੀ ਤਾਂ ਚਲੋ ਇੱਕ ਫੈਕਟ ਹੈ, ਥਾਣੇ ਦੀ ਨਫਰੀ ਘਟੀ ਹੋਈ ਹੈ, ਬਟ ਅਸੀਂ ਸਾਰੇ ਓਵਰ ਵਰਕ ਟਾਈਮ ਕਰਕੇ ਜਿੰਨੇ ਵੀ ਮੁਲਾਜ਼ਮ ਨੇ ਉਹ ਪੂਰੀ ਤਰ੍ਹਾਂ ਦੇ ਨਾ ਥਾਣਿਆਂ 'ਚ ਹਾਜ਼ਰ ਰਹਿ ਕੇ ਸੇਵਾ ਨਿਭਾ ਰਹੇ ਹੈ, ਅਤੇ ਜਿੰਨੀ ਦੇਰ ਵੀ ਲੋਅ ਐਂਡ ਆਰਡਰ ਸਿਚੁਏਸ਼ਨ ਹੈਗੀ ਹੈ ਅਤੇ ਅਸੀਂ ਪੂਰੀ ਮਿਹਨਤ ਕਰਕੇ ਜੋ ਵੀ ਕਮੀਆਂ ਨੇ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਨਸ਼ੇ ਨੂੰ ਲੈ ਕੇ ਕੀ ਏਜੰਡੇ ਰਹੂੰਗੇ ਆਉਣ ਵਾਲੇ ਟਾਈਮ 'ਤੇ? ਨਸ਼ੇ ਤੋਂ ਤਾਂ ਪੰਜਾਬ ਸਰਕਾਰ ਦੀ ਸਟਾਰਟਿੰਗ ਹੋਈ ਜ਼ੀਰੋ ਟੋਲਰੈਂਸ ਪੋਲਿਸੀ ਹੈਗੀ ਹੈ, ਅਤੇ ਜਿਹੜੇ ਵੀ ਵੱਡੇ ਨਸ਼ਾ ਵੇਚਣ ਵਾਲੇ ਬੰਦੇ ਆ ਉਹਨਾਂ ਨੂੰ ਕਾਬੂ ਕੀਤਾ ਜਾਊਗਾ, ਜੁਆਇੰਟ ਆਪਰੇਸ਼ਨ CIA ਦੇ ਸਪੈਸ਼ਲ ਬ੍ਰਾਂਚਾਂ ਮਿਲ ਕੇ ਕੀਤੇ ਜਾਣਗੇ, ਅਤੇ ਐਟ ਦਾ ਸੇਮ ਟਾਈਮ ਜਿਹੜੇ ਕੋਈ ਬੰਦੇ ਹੈਗੇ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਜਾਂ ਮਤਲਬ ਜਿਨ੍ਹਾਂ ਦੇ ਘਰ ਦੇ ਬੱਚੇ ਨੂੰ ਸਪੋਰਟ ਕਰਦੇ ਆ ਅਤੇ ਬੱਚਾ ਨਸ਼ਾ ਛੱਡਣਾ ਚਾਹੁੰਦਾ, ਤਾਂ ਉਹਨਾਂ ਦੀ ਵੀ ਅਸੀਂ ਪੂਰੀ ਸਪੋਰਟ ਕਰਾਂਗੇ, ਉਹਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਾਉਣ ਦੀ ਜੇ ਕਿਸੇ ਨੂੰ ਫਾਈਨੈਂਸ਼ੀਅਲ ਸਪੋਰਟ ਦੀ ਜ਼ਰੂਰਤ ਹੈ ਅਤੇ ਉਹਦੇ ਲਈ ਵੀ ਕੋਈ ਨਾ ਕੋਈ ਇਲਾਜ ਪ੍ਰਬੰਧ ਕੀਤਾ ਜਾਊਗਾ, ਅਤੇ ਜੇ ਉਹਨਾਂ ਨੂੰ ਬਾਅਦ ਰੀਹੈਬਿਲੇਸ਼ਨ ਦੀ ਜ਼ਰੂਰਤ ਹੈ ਤਾਂ ਸਾਡੇ ਜਿਹੜੇ ਇੰਪਲੋਇਮੈਂਟ ਜਨਰੇਸ਼ਨ ਡਿਪਾਰਟਮੈਂਟ ਹੈ ਉਹ ਵੀ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰੂਗਾ, ਅਤੇ ਮਤਲਬ ਅਸੀਂ ਦੋਨੋਂ ਪਾਸੇ ਸਪਲਾਈ ਅਤੇ ਡਿਮਾਂਡ ਦੋਨੋਂ ਪਾਸੇ ਕੰਮ ਕਰਾਂਗੇ, ਜਿਹੜੇ ਅਵੇਅਰਨੈਸ ਕੈਂਪੇਨਸ ਨੇ ਉਹ ਵੀ ਸਾਡੇ ਚੱਲ ਰਹੇ ਆ। ਸਰ ਜੀ ਰੂਰਲ ਏਰੀਏ ਦੀ ਗੱਲ ਕੀਤੀ ਜਾਵੇ ਤਾਂ ਨਾਈਟ ਪੈਟਰੋਲਿੰਗ ਉੱਥੇ ਬਹੁਤ ਘੱਟ ਹੈ, ਕਿਉਂਕਿ ਜ਼ੀਰੋ ਹੀ ਹੈਗੀ ਆ। ਹੁਣ ਜਿਵੇਂ ਇਲੈਕਸ਼ਨ ਆ ਰਹੀ ਹੈ ਤਾਂ ਸਾਡੀਆਂ ਟੀਮਸ ਬਣ ਰਹੀ ਹੈ, ਅਸੀਂ ਦਿਨ ਦੇ ਟਾਈਮ ਤਾਂ ਫਲੈਗ ਮਾਰਚ ਕਰਦੇ ਹੀ ਹੈ, ਬਟ ਇਹ ਗੱਲ ਤੁਹਾਡੀ ਸਹੀ ਹੈ, ਅਸੀਂ ਨਾਈਟ ਪੈਟਰੋਲਿੰਗ ਵੀ ਵਧਾ ਰਹੇ ਹਾਂ ਅਤੇ ਇਲੈਕਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਨਾਈਟ ਪੈਟਰੋਲਿੰਗ ਰੂਰਲ ਏਰੀਆਜ਼ ਵਧਾਈ ਜਾਵੇ। ਜੇ ਮੈਡੀਕਲ ਨਸ਼ੇ ਦੀ ਗੱਲ ਕਰੀਏ, ਮੈਡੀਕਲ ਨਸ਼ਾ ਵੀ ਬਹੁਤ ਵੱਧਦਾ ਜਾ ਰਿਹਾ ਵਾ, ਅਤੇ ਇਹਨੂੰ ਠੱਲ ਪਾਉਣ ਲਈ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾਊਗੀ? ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ, ਸਾਡੀ ਨਸ਼ੇ ਨੂੰ ਲੈ ਕੇ ਤਾਂ ਜ਼ੀਰੋ ਟੋਲਰੈਂਸ ਪੋਲਿਸੀ ਹੈਗੀ ਹੋਈ ਹੈ, ਅਤੇ ਡਰੱਗ ਇੰਸਪੈਕਟਰ ਦੇ ਨਾਲ ਮਿਲ ਕੇ ਜਿਹੜੀ ਕੈਮੀਕਲ ਨਸ਼ੇ ਵਾਲੀ ਪ੍ਰੋਬਲਮ ਹੈ ਇਹਨੂੰ ਵੀ, ਦਵਾਈਆਂ ਵਾਲੇ ਨਸ਼ੇ ਨੂੰ ਵੀ ਖਤਮ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਸਰ ਕੋਈ ਮੈਸੇਜ ਦੇਣਾ ਚਾਹੋਗੇ ਆਮ ਜਨਤਾ ਨੂੰ? ਆਮ ਜਨਤਾ ਨੂੰ ਸਾਡਾ ਇਹੀ ਮੈਸੇਜ ਹੈ ਕਿ ਉਹ ਪੁਲਿਸ ਦਾ ਸਹਿਯੋਗ ਕਰਨ, ਅਤੇ ਬਾਕੀ ਅਸੀਂ ਪੂਰੀ ਤਨਦੇਹੀ ਨਾਲ ਉਹਨਾਂ ਦੀ ਸੇਵਾ ਵਿੱਚ ਜੁਟੇ ਹੋਏ ਹਾਂ, ਅਤੇ ਆਪਾਂ ਮਿਲ ਕੇ ਸ਼ਹਿਰ ਨੂੰ ਹੋਰ ਬਿਹਤਰ ਕਰ ਸਕੀਏ। ਤਾਂ ਜਿਹੜੇ ਦੋ ਨੰਬਰ ਦੇ ਚਾਹੇ ਨਸ਼ੇ ਦੇ ਵਪਾਰੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੇ ਵਪਾਰੀ, ਉਹਨਾਂ ਨੂੰ ਕੋਈ ਵਾਰਨਿੰਗ? ਉਹਨਾਂ ਨੂੰ ਇਹੀ ਵਾਰਨਿੰਗ ਹੈ ਕਿ ਉਹ ਆਪਣੇ ਰਾਹ ਸੁਧਾਰ ਲੈਣ, ਨਹੀਂ ਤਾਂ ਉਹਨਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।